ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਪੀਆਰਓ ਪ੍ਰਭਦੀਪ ਸਿੰਘ ਦਾ ਜਿੱਥੇ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਤੋਂ ਬਾਅਦ ਮੁੱਖ ਮਹਿਮਾਨ ਸਰਦਾਰ ਪ੍ਰਭਦੀਪ ਸਿੰਘ ਨੇ ਕਿਹਾ ਹੈ ਕਿ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਸਿੱਖਿਆ ਦੇ ਪ੍ਰਚਾਰ ਅਤੇ ਪਾਸਾਰ ਲਈ ਚੰਗੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਹੈ ਕਿ ਬੱਚਿਆਂ ਦਾ ਮਨੋਬਲ ਉੱਚਾ ਚੁੱਕਣ ਅਤੇ ਉਹਨਾਂ ਅੰਦਰ ਛੁਪੀ ਪ੍ਰਭਤਾ ਨੂੰ ਉਜਾਗਰ ਕਰਨ ਲਈ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਮੈਡਮ ਸੁਨੀਤਾ ਨੇ ਵੀ ਕਿਹਾ ਹੈ ਕਿ ਬੱਚਿਆਂ ਨੂੰ ਗਲੋਬਲ ਯੁੱਗ ਦੇ ਸਮੇਂ 'ਚ ਹਰ ਖੇਤਰ ਵਿੱਚ ਮੋਹਰੀ ਬਣਾਉਣ ਲਈ ਅੱਗੇ ਲਿਆਂਦਾ ਜਾ ਰਿਹਾ ਹੈ। ਮੈਂ ਬੜੀ ਖੁਸ਼ੀ ਨਾਲ ਇਹ ਕਹਿਣਾ ਚਾਹਾਂਗਾ ਕਿ ਲੁਧਿਆਣਾ ਦੇ ਵਿੱਚ ਜਿੱਥੇ ਬਹੁਤ ਸਾਰੇ ਸਕੂਲ ਕੰਮ ਕਰ ਰਹੇ ਨੇ, ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਨੇ, ਸੋ ਉਸੇ ਕੜੀ ਦੇ ਵਿੱਚ ਹੀ ਲੇਕਵੁੱਡ ਸਕੂਲ ਦੀ ਆਪਣੀ ਬ੍ਰਾਂਚ ਖੁੱਲ੍ਹੀ ਹੈ, ਜਿਸ ਦੀਆਂ ਪੰਜਾਬ ਵਿੱਚ ਕਈ ਜਗ੍ਹਾ ਬ੍ਰਾਂਚਸ ਹੈਗੀਆਂ ਨੇ ਅਤੇ ਸ਼ਹਿਰ ਲੁਧਿਆਣਾ ਦੇ ਵਿੱਚ ਇਹਨਾਂ ਦੀ ਬ੍ਰਾਂਚ ਖੁੱਲ੍ਹੀ ਹੈ। ਮੈਂ ਮੁਬਾਰਕਬਾਦ ਦਿੰਦਾ ਸਕੂਲ ਮੈਨੇਜਮੈਂਟ ਨੂੰ, ਇਹਨਾਂ ਦੀ ਫੈਕਲਟੀ ਨੂੰ। ਸੋ ਅੱਜ ਦਾ ਜੋ ਯੁੱਗ ਹੈ ਉਹ ਐਜੂਕੇਸ਼ਨ ਦਾ ਹੈ, ਜੇ ਅਗਰ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲੇਗੀ ਤਾਂ ਬੱਚਿਆਂ ਦਾ, ਉਹਨਾਂ ਦੇ ਪੇਰੈਂਟਸ ਦਾ ਅਤੇ ਸਾਡੇ ਪੰਜਾਬ ਦਾ ਉਹਦੇ ਵਿੱਚ ਹੀ ਵਿਕਾਸ ਹੈ। ਸੋ ਜਿਸ ਤਰ੍ਹਾਂ ਲੇਕਵੁੱਡ ਨੇ ਆਪਣੀ, ਇਹਨਾਂ ਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਵੀ ਬਹੁਤ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਾਉਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਲੁਧਿਆਣਾ ਵਿੱਚ ਬ੍ਰਾਂਚ ਖੋਲ੍ਹੀ ਹੈ। ਮੈਂ ਦੇਖੋ ਹਾਲੇ ਸਕੂਲ ਬਿਲਕੁਲ ਨਵਾਂ ਖੁੱਲ੍ਹਿਆ, ਫਸਟ ਸੈਸ਼ਨ ਚੱਲ ਰਿਹਾ, ਤੋ ਜੋ ਮੈਨੇਜਮੈਂਟ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਰਾਈਟ ਟੂ ਐਜੂਕੇਸ਼ਨ ਐਕਟ ਹੈ ਜਾਂ ਜੋ ਵੀ ਐਜੂਕੇਸ਼ਨ ਨਾਲ ਸੰਬੰਧਿਤ ਐਕਟਸ ਨੇ ਉਹ ਉਹਨਾਂ ਨੂੰ ਅਬਾਈਡ ਬਾਏ ਕਰਨਗੇ, ਉਹਨਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵਾਅਦਾ ਕੀਤਾ ਹੈ ਵੀ ਜੋ ਸ਼ਹਿਰ ਲੁਧਿਆਣਾ ਦੇ ਬੱਚਿਆਂ ਨੂੰ ਅਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਾਵਾਂਗੇ। ਮੇਰਾ ਨਾਮ ਸੁਨੀਤਾ ਬਾਬੂ ਹੈ ਜੀ, ਮੈਂ ਪ੍ਰਿੰਸੀਪਲ ਹਾਂ ਦਾ ਲੇਕਵੁੱਡ ਸਕੂਲ 'ਚ, ਔਰ ਲਾਸਟ ਈਅਰ ਅਸੀਂ ਅਪ੍ਰੈਲ 'ਚ ਸਕੂਲ ਸ਼ੁਰੂ ਕੀਤਾ ਸੀ, ਔਰ ਸਾਡਾ ਮਿਸ਼ਨ ਔਰ ਵਿਜ਼ਨ ਇਹ ਹੈ ਕਿ ਇੱਕ ਐਜੂਕੇਸ਼ਨ ਨੂੰ ਫਰੈਸ਼ ਪਰਸਪੈਕਟਿਵ ਦਿੱਤਾ ਜਾਏ ਤਾਂ ਕਿ ਜਿਹੜੀ ਐਜੂਕੇਸ਼ਨ ਲਾਈਫ ਤੋਂ ਹਟ ਕੇ ਬੱਚਿਆਂ ਨੂੰ ਅਸੀਂ ਦੇ ਰਹੇ ਸਾਂ ਉਹਦੇ ਨਾਲ ਲਾਈਫ ਨਾਲ ਜੁੜਨ ਬੱਚੇ, ਔਰ ਜਦੋਂ ਲਾਈਫ ਨਾਲ ਜੁੜਨਗੇ ਤਾਂ ਡੈਫੀਨੇਟਲੀ ਉਹਨਾਂ ਦੀ ਲਰਨਿੰਗ ਜਿਹੜੀ ਹੈ ਲਾਈਫ ਲੌਂਗ ਰਹੇਗੀ, ਬਹੁਤ ਕੁਛ ਸਿੱਖਣਗੇ। ਕੁਛ ਨਵੇਂ ਪ੍ਰੋਗਰਾਮਸ ਲੈ ਕੇ ਆ ਰਿਹਾ ਸਕੂਲ, ਆਲਰੇਡੀ ਅਸੀਂ ਫੋਲੋ ਵੀ ਕਰ ਰਹੇ ਹਾਂ, ਜਿਹੜੇ ਬੱਚਿਆਂ 'ਚ ਪਹਿਲੀ ਵਾਰ, ਬੱਚਿਆਂ ਵਾਸਤੇ ਪਹਿਲੀ ਵਾਰ ਲੁਧਿਆਣਾ ਸਕੂਲ ਦੇ ਵਿੱਚ ਇੰਪਲੀਮੈਂਟ ਹੋਏ ਨੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।